ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਦੇਰ ਰਾਤ ਅਚਾਨਕ ਸਿਹਤ ਵਿਗੜਦੀ ਹੈ ਤੇ ਸਵੇਰ ਉਹਨਾਂ ਨੂੰ ਬਠਿੰਡਾ ਦੇ ਨਿੱਜੀ ਹਸਪੀਟਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਠਿੰਡਾ ਦੇ ਜਿੰਦਲ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ। ਡਾਕਟਰਾਂ ਦੇ ਮੁਤਾਬਕ ਉਹਨਾਂ ਦੀ ਬਲੌਕੇਜ ਹੈ ਜਿਹੜੀ 100% ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਸਰਜਰੀ ਕੀਤੀ ਗਈ ਹੈ। ਦੋ ਸਟੰਟ ਨੇ ਜਿਹੜੇ ਉਹਨਾਂ ਦੇ ਪਾਏ ਗਏ ਨੇ ਤੇ ਉਸ ਤੋਂ ਬਾਅਦ ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਰੱਖਿਆ ਗਿਆ। ਡਾਕਟਰ ਕਹਿ ਰਹੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਉਹਨੂੰ ਹਸਪੀਟਲ ਤੋਂ ਰਿਲੀਜ਼ ਕਰ ਦਿੱਤਾ ਜਾਏਗਾ, ਪਰ ਫਿਲਹਾਲ ਉਹਨਾਂ ਨੂੰ ਮਿਲਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਹਾਲ ਚਾਲ ਪੁੱਛਣ ਵਾਲਿਆਂ ਦਾ ਤੰਤਾ ਹੈ ਜਿਹੜਾ ਹਸਪੀਟਲ ਦੇ ਵਿੱਚ ਲੱਗਿਆ ਹੋਇਆ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਸਾਲਾਨਾ ਬਰਸੀ ਸੀ। ਉਸ ਬਰਸੀ ਪ੍ਰੋਗਰਾਮ ਤੇ ਆਉਣ ਦੇ ਲਈ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਸਵੇਰ ਹੀ ਤਿਆਰ ਹੋ ਕੇ ਸੈਰ ਦੇ ਲਈ ਨਿਕਲਦੇ ਨੇ ਅਤੇ ਸੈਰ ਤੇ ਗੁਦੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਘਬਰਾਹਟ ਹੁੰਦੀ ਹੈ, ਹਾਰਟ ਅਟੈਕ ਦਾ ਦੌਰਾ ਪੈ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਕੀਤਾ ਜਾਂਦਾ ਹੈ। ਫਿਲਹਾਲ ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਕੁਝ ਦਿਨ ਹੋਰ ਹਸਪੀਟਲ ਦੇ ਵਿੱਚ ਰੱਖਣਾ ਹੋਏਗਾ। ਫਿਲਹਾਲ ਉਹਨਾਂ ਦੇ ਦੋ ਸਟੰਟ ਨੇ ਜਿਹੜੇ ਪਾ ਦਿੱਤੇ ਗਏ ਨੇ, ਉਹਨਾਂ ਦੀ ਹਾਲਤ ਹੈ ਫਿਲਹਾਲ ਉਹ ਸਥਿਰ ਬਣੀ ਹੋਈ ਹੈ, ਠੀਕ ਬਣੀ ਹੋਈ ਹੈ, ਪਰ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਹੋਣ, ਚਾਹੇ ਉਹ ਸਿਆਸੀ ਲੀਡਰ ਹੋਣ, ਉਹ ਕਿਤੇ ਨਾ ਕਿਤੇ ਰੁੱਖ ਕਰ ਰਹੇ ਨੇ ਹਸਪੀਟਲ ਦਾ ਔਰ ਕਰ ਰਹੇ ਆ ਕਾਮਨਾਵਾਂ। ਮਨਪ੍ਰੀਤ ਸਿੰਘ ਬਾਦਲ ਦੀ ਜਲਦੀ ਉਹਨਾਂ ਦੇ ਠੀਕ ਹੋਣ ਦੀਆਂ ਕਾਮਨਾਵਾਂ ਕਰ ਰਹੇ ਨੇ। ਫਿਲਹਾਲ ਮਨਪ੍ਰੀਤ ਸਿੰਘ ਬਾਦਲ ਨੂੰ ਆਉਣ ਵਾਲੇ 2 ਜਾਂ 3 ਦਿਨਾਂ ਦੇ ਵਿੱਚ ਹਸਪੀਟਲ ਦੇ ਵਿੱਚੋਂ ਰਿਲੀਜ਼ ਕਰ ਦੇਣਾ ਔਰ ਉਹਨਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਣਾ ਹੈ। ਕੁਛ ਨਹੀਂ, ਰੂਟੀਨ 'ਚ ਜਿੱਦਾਂ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ, ਇਟ ਵਾਜ਼ ਅ ਮਾਈਨਰ ਪ੍ਰੋਬਲਮ, ਨਾੜੀ 'ਚ ਥੋੜ੍ਹਾ ਜਿਹਾ ਕਲੋਟ ਜਿਹਾ ਸੀਗਾ, ਬਲੋਕੇਜ ਸੀਗੀ, ਅਸੀਂ ਖੋਲ੍ਹ ਦਿੱਤੀ ਹੈਗੀ ਹੈ, ਪਰਫੈਕਟਲੀ ਆਲ ਰਾਈਟ, ਹੀ ਇਜ਼ ਐਬਸੋਲੂਟਲੀ ਸਟੇਬਲ। ਕਿੰਨੇ ਪਰਸੈਂਟ ਤੱਕ ਤੁਸੀਂ ਡਿਸਚਾਰਜ ਕਰੋਗੇ? ਹੋਣੀ ਕਿ ਡਿਸਚਾਰਜ ਛੇਤੀ ਕਰ ਦਾਂਗੇ ਜੀ, ਇਹਨਾਂ ਨੂੰ 1-2 ਦਿਨਾਂ 'ਚ ਹੀ ਕਰ ਦਾਂਗੇ ਡਿਸਚਾਰਜ। ਡਾਕਟਰ ਸਾਹਿਬ, ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪਦੀ ਜਿਹੜੀ ਸਿਹਤ ਪੱਖੋਂ ਵੀ ਠੀਕ ਨੇ, ਤਾਂ ਫਿਰ ਕਿਉਂ, ਕੀ ਕਾਰਨ ਲੱਗਦਾ ਤੁਹਾਨੂੰ? ਪਰ ਰੂਟੀਨ 'ਚ ਦੇਖਦੇ ਹਾਂ ਵੀਰ ਜੀ, ਇਹ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਹੈ, ਜਿਹਨੂੰ ਪ੍ਰੋਬਲਮ ਆਉਣੀ ਆ ਜਾਂਦੀ ਹੈ। ਘਰੇ ਬੈਠੇ ਚੰਗੇ ਬੰਦੇ ਨੇ, ਫਿੱਟ ਬੰਦੇ ਨੂੰ, ਅਥਲੀਟ ਨੂੰ ਅਸੀਂ ਤਾਂ ਦੇਖਦੇ ਹਾਂ, ਜਿਹੜੇ ਬੰਦੇ 10-10 ਕਿਲੋਮੀਟਰ ਰਨਿੰਗ ਕਰਦੇ ਆ, ਫੌਜੀਆਂ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਦੇਰ ਆਰ ਮਲਟੀਪਲ ਰੀਜ਼ਨਸ, ਉਹਨਾਂ ਦੀ ਡਿਟੇਲ ਜਾਵਾਂਗੇ ਤਾਂ ਬਹੁਤ ਟਾਈਮ ਲੱਗ ਜਾਊਗਾ, ਬਟ ਆ ਜਾਂਦੀ ਹੈ। ਹਾਂਜੀ, 100% ਬਲੋਕੇਜ ਸੀ। ਹਾਂਜੀ ਡਾਕਟਰ ਸਾਹਿਬ, ਮਲਟੀ ਜੀ ਨੂੰ ਕੋਈ ਸਾਇਲੈਂਟ ਅਟੈਕ ਵੀ ਹੈ? ਹਾਂ, ਮਾਈਨਰ ਹਾਰਟ ਅਟੈਕ। ਹਾਂਜੀ, ਪਰਿਵਾਰ ਦੇ ਲੋਕ ਮਿਲ ਰਹੇ ਨੇ? ਅਭੀ ਮੈਂ ਅਰੈਸਟ ਕਰ ਰਹੇ ਹਾਂ, ਕਿਉਂਕਿ ਉਹ ਬਿਲਕੁਲ ਰਾਤ ਵੀ ਉਹਨਾਂ ਨੂੰ ਅਨਕੰਫਰਟੇਬਲ ਸੀਗੇ ਤੇ ਨੀਂਦ ਰੈਸਟ ਕਰ ਰਹੇ ਹੈਗੇ। ਸਮਾਂ ਜਿਹੜਾ ਦੱਸਿਆ ਗਿਆ ਸੀਗਾ ਕਿ ਵੀ ਰਾਤ ਵੀ ਉਹਨਾਂ ਦੇ ਪੇਨ ਹੋਇਆ ਸੀਗਾ, ਹਾਂਜੀ, ਤਾਂ ਉਹਨਾਂ ਨੇ ਇਗਨੋਰ ਕਰ ਦਿੱਤਾ ਤੇ ਸਵੇਰ ਹੋ ਜਦੋਂ, ਹਾਂ, ਉਹਨਾਂ ਨੂੰ ਥੋੜੀ ਜਲਨ ਹੋਈ ਸੀ ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਥੋੜੀ ਜੀ ਐਸਿਡਿਟੀ ਕਰਕੇ ਵੀ ਹੋ ਜਾਂਦਾ ਕਈ ਵਾਰ, ਆਪਾਂ ਕਾਮਨਲੀ ਨੋਰਮਲੀ ਐਸਿਡਿਟੀ ਸਮਝ ਲੈਂਦੇ, ਮਾਈਨਰ ਜਿਹਾ ਰਾਤ ਪੇਨ ਹੋਇਆ ਸੀ ਫਿਰ ਉਹ ਠੀਕ ਹੋ ਗਿਆ ਸੀ। ਸਵੇਰੇ ਸੈਰ ਕਰਨ ਗਏ ਨੇ ਜਦੋਂ, ਉਦੋਂ ਪ੍ਰੋਬਲਮ ਹੋਈ ਹੈ ਜਦ? ਮੈਂ ਇੰਨੀ ਡਿਟੇਲ ਤਾਂ ਮੈਂ ਨਹੀਂ ਪੁੱਛਿਆ ਉਹਨਾਂ ਨੂੰ, ਬਟ ਉਹਨਾਂ ਨੂੰ ਹੋ ਰਿਹਾ ਸੀ ਪੇਨ। ਹਾਂਜੀ।